1997 ਜੇ ਵੇਖਿਆ ਜਾਵੇ ਤਾਂ 1997 ਦਾ ਵਰ੍ਹਾ ਪੂਰੀ ਪਾਕਿਸਤਾਨੀ ਫਿਲਮ ਇੰਡਸਟਰੀ ਵਾਸਤੇ ਘਟਦੀ ਦਾ ਵਰ੍ਹਾ ਸੀ। ਇਸ ਸਾਲ ਦੁਨੀਆ ਭਰ ਵਿੱਚ ਮੰਨਿਆ ਪਰਮੰਨਿਆ ਸੰਗੀਤਕਾਰ ਤੇ ਗਾਇਕ ਨੁਸਰਤ ਫਤਿਹ ਅਲੀ ਖਾਨ 16 ਅਗਸਤ ਨੂੰ ਰੱਬ ਨੂੰ ਪਿਆਰਾ ਹੋ ਗਿਆ। ਨੁਸਰਤ ਫਤਿਹ ਅਲੀ ਖਾਨ ਹੋਰਾਂ ਆਪਣਾ ਪੂਰਾ ਜੀਵਨ ਇਸ ਧਰਤੀ ਉੱਤੇ ਬਿਤਾਇਆ, ਪਰ ਉਹਨਾਂ ਨੂੰ ਕਿਸੇ ਨਹੀਂ ਪੁੱਛਿਆ ਜਦੋਂ ਪੱਛਮੀ ਦੇਸ਼ਾਂ ਤੇ ਖਾਸ ਕਰ ਹਾਲੀਵੁੱਡ ਨੇ ਉਹਨਾਂ ਨੂੰ ਚੁਣਿਆ ਤਾਂ ਫਿਰ ਹਰ ਪਾਸੇ ਨੁਸਰਤ ਫਤਿਹ ਅਲੀ ਖਾਨ ਨੁਸਰਤ ਫਤਿਹ ਅਲੀ ਖਾਨ ਹੋ ਗਈ। ਨੁਸਰਤ ਫਤਿਹ ਅਲੀ ਖਾਨ ਹੋਰਾਂ ਤੋਂ ਅੱਡ ਇਸ ਵਰੇ ਫਿਲਮ ਦੀਆਂ ਜਿੰਨੀਆਂ ਮਹਾਨ ਹਸਤੀਆਂ ਨੇ ਇਸ ਹਸਤੀ ਵਾਸਤੀ ਦੁਨੀਆਂ ਨੂੰ ਰੋਂਦਿਆਂ ਛੱਡਿਆ, ਉਹਨਾਂ ਵਿੱਚ ਅਸਲਮ ਚੌਧਰੀ ਸਾਊਂਡ ਰਿਕਾਰਡਿਸਟ 1 ਜਨਵਰੀ, ਮੌਸੀਕਾਰ ਵਜ਼ੀਰ ਅਲੀ 2 ਜਨਵਰੀ, ਅਦਾਕਾਰ ਲਾਲਾ ਸੁਧੀਰ ਸ਼ਾਹ ਜ਼ਮਾਨ ਖਾਨ 19 ਜਨਵਰੀ, ਲਿਖਾਰੀ ਤੇ ਹਿਦਾਇਤਕਾਰ ਜ਼ਿਆ ਸਰਹੱਦੀ 27 ਜਨਵਰੀ, ਹਿਦਾਇਤਕਾਰ ਸਰਵਰ ਖਿਆਲ 5 ਫਰਵਰੀ, ਹਿਦਾਇਤਕਾਰ ਨਸ ਸਈਦੀ 10 ਮਾਰਚ, ਸੰਗੀਤਕਾਰ ਖਲੀਲ ਅਹਿਮਦ 22 ਜੁਲਾਈ, ਫਿਲਮ ਵਰਤਾਵਾ ਆਗਾ ਯਾਕੂਬ 31 ਅਗਸਤ, ਫਿਲਮੀ ਸਹਾਫ਼ੀ ਇਲਿਆਸ ਰਸ਼ੀਦ 7 ਅਗਸਤ, ਫਿਲਮ ਸਾਜ਼ ਹਿਦਾਇਤਕਾਰ ਅਤਾਉੱਲਾ ਸ਼ਾਹ ਹਾਸ਼ਮੀ 23 ਅਗਸਤ, ਤੇ ਮੌਸੀਕਾਰ ਮੁਸ਼ਤਾਕ ਅਲੀ ਦਾ ਨਾਂ ਸ਼ਾਮਿਲ ਹੈ ਜੋ 22 ਨਵੰਬਰ ਨੂੰ ਅਗਲੇ ਜਹਾਨ ਤੇ ਰਾਹੀ ਹੋਏ। ਇਸ ਤੋਂ ਵੱਖ ਮੌਸੀਕਾਰ ਗੁਲਾਮ ਅਲੀ, ਟੀਵੀ ਅਦਾਕਾਰ ਕੁਰਬਾਨ ਜੀਲਾਨੀ, ਨੂਰ ਮੁਹੰਮਦ ਲਾਸ਼ਾਰੀ ਤੇ ਫਾਈਟਰ ਮੁਹੱਈਉਦੀਨ ਸ਼ਾਹ ਦੇ ਨਾਮ ਵੀ ਸ਼ਾਮਲ ਹਨ। ਇਸ ਵਰੇ ਕੁੱਲ 64 ਫਿਲਮਾਂ ਬਣੀਆਂ, ਜਿਨ੍ਹਾਂ ਵਿੱਚ 35 ਉਰਦੂ, 9 ਪੰਜਾਬੀ, 21 ਪਸ਼ਤੋ ਤੇ 1 ਸਿੰਧੀ ਫਿਲਮ ਸੀ। ਉਰਦੂ ਦੀਆਂ 35 ਫਿਲਮਾਂ ਵਿੱਚੋਂ 2 ਸੁਪਰ ਹਿੱਟ ਹੋਈਆਂ, 6 ਹਿੱਟ ਤੇ 6 ਵਿਚਾਲੜਲੇ ਪੱਧਰ ਦੀਆਂ ਰਹੀਆਂ, ਜਦਕਿ 21 ਫਿਲਮਾਂ ਫਲੋਪ ਹੋਈਆਂ। ਫਿਲਮ ਸੰਗਮ ਸੰਗੀਤ ਪੱਖੋਂ ਸੁਪਰ ਹਿੱਟ ਹੋਈ, ਇਹਨੇ ਲਾਹੌਰ ਅਤੇ ਕਰਾਚੀ ਵਿੱਚ ਸਿਲਵਰ ਜੁਬਲੀ ਕੀਤੀ। ਦੂਜੀ ਸੁਪਰ ਹਿੱਟ ਫਿਲਮ ਦਾ ਨਾਂ ਸੀ ਦੀਵਾਨੇ ਤੇਰੇ ਪਿਆਰ ਕੇ। ਇਸ ਫਿਲਮ ਵਿੱਚ ਜੀਆ ਅਲੀ ਨੂੰ ਸਾਹਮਣੇ ਲਿਆਂਦਾ ਗਿਆ। ਇਹ ਇਸ ਵਰੇ ਦੀ ਨਵੀਂ ਕਾਢ ਸੀ। ਇਸ ਵਰੇ 9 ਪੰਜਾਬੀ ਫਿਲਮਾਂ ਸਾਹਮਣੇ ਆਈਆਂ, ਇਹਨਾਂ ਵਿੱਚੋਂ ਨਿਰੀ 1 ਵਿਚਾਲੜਲੇ ਪੱਧਰ ਦੀ ਰਹੀ, ਬਾਕੀ ਸਾਰੀਆਂ ਫੇਲ ਹੋ ਗਈਆਂ। ਇਸ ਦਾ ਵੱਡਾ ਕਾਰਨ ਸੁਲਤਾਨ ਰਾਹੀ ਦੀ ਮੌਤ ਸੀ। ਪੰਜਾਬੀ ਫਿਲਮ ਦੇ ਸਰਮਾਇਆਦਾਰਾਂ ਆਪਣਾ ਸਰਮਾਇਆ ਕੱਢ ਲਿਆ। ਕਾਲਾ ਰਾਜ ਨਾਂ ਦੀ ਪੰਜਾਬੀ ਫਿਲਮ ਸੁਲਤਾਨ ਰਾਹੀ ਦੀ ਮੌਤ ਮਗਰੋਂ ਬਣੀ। ਇਸ ਫਿਲਮ ਵਿੱਚ ਸੁਲਤਾਨ ਰਾਹੀ ਦੇ ਜਨਾਜ਼ੇ ਦੇ ਸੀਨ ਵੀ ਵਿਖਾਏ ਗਏ, ਜਿਹੜੇ ਕਿ ਫਿਲਮ ਦੀ ਕਹਾਣੀ ਦਾ ਹਿੱਸਾ ਸਨ। ਇਹ ਪਹਿਲਾ ਮੌਕਾ ਸੀ ਭਈ ਕਿਸੇ ਕਾਰੋਬਾਰੀ ਫਿਲਮ ਵਿੱਚ ਕਿਸੇ ਅਦਾਕਾਰ ਦੇ ਜਨਾਜ਼ੇ ਦੇ ਅਸਲ ਸ਼ਾਟ ਵਰਤੇ ਗਏ ਹੋਵਣ ਅਤੇ ਉਹਨੂੰ ਫਿਲਮ ਦੀ ਕਹਾਣੀ ਦਾ ਹਿੱਸਾ ਬਣਾਇਆ ਗਿਆ ਹੋਵੇ। ਇਹ ਪਹਿਲਾ ਮੌਕਾ ਸੀ ਭਈ ਪੰਜਾਬੀ ਫਿਲਮ ਉੱਤੇ ਇੰਨੀ ਭਾਰੀ ਬਣੀ ਹੋਵੇ, ਜਦਕਿ ਪਿਛਲੀ ਤਵਾਰੀਖ ਤਾਂ ਇਹ ਹੀ ਦੱਸਦੀ ਹੈ ਭਈ ਪੰਜਾਬੀ ਫਿਲਮ ਨੇ ਹਰ ਔਖੀ ਘੜੀ ਪਾਕਿਸਤਾਨ ਦੀ ਫਿਲਮ ਇੰਡਸਟਰੀ ਨੂੰ ਔਖਿਆਈ ਵਿੱਚੋਂ ਕੱਢਿਆ ਹੈ। 1980 ਦੀ ਦਿਹਾਈ ਤੋਂ ਪੰਜਾਬੀ ਫਿਲਮ ਨੂੰ ਗੁੰਡਿਆਂ, ਅਨਪੜ੍ਹਾਂ ਅਤੇ ਸਮਾਜ ਵੈਰੀ ਤਾਕਤਾਂ ਘੇਰ ਲਿਆ ਸੀ। ਉਹਨਾਂ ਦੌਲਤ ਕਮਾਉਣ ਦੇ ਚੱਕਰ ਵਿੱਚ ਪੰਜਾਬੀ ਫਿਲਮ ਨੂੰ, ਖਾਸ ਕਰ ਪਸ਼ਤੋ, ਸਿੰਧੀ ਤੇ ਉਰਦੂ ਫਿਲਮ ਨੂੰ ਕਿਸੇ ਹੱਦ ਤੱਕ ਆਪਣੇ ਘੇਰੇ ਵਿੱਚ ਲਿਆਂਦਾ। ਇੱਥੇ ਦੌਲਤ ਦੇ ਨਾਲ ਨਾਲ ਜਿਨਸੀ ਵਪਾਰ ਵੀ ਆਪਣੇ ਸਿਖਰ ਉੱਤੇ ਆ ਗਿਆ। ਇਹੀ ਕਾਰਨ ਸੀ ਭਈ ਪਾਕਿਸਤਾਨ ਦੀ ਫਿਲਮ ਇੰਡਸਟਰੀ ਅੰਦਰ ਕਤਲ ਤੇ ਲੁੱਟ ਖੋਹ ਇਸ ਪੱਧਰ ਤੱਕ ਅੱਪੜ ਗਈ
ਬਈ ਅਦਾਕਾਰ ਤੇ ਅਦਾਕਾਰਾਵਾਂ ਦੀ ਜ਼ਿੰਦਗੀ ਤੱਕ ਖਤਰੇ ਵਿੱਚ ਪੈ ਗਈ। ਹਰ ਨਵੀਂ ਸਵੇਰ ਕਤਲ ਦੀਆਂ ਖਬਰਾਂ ਆਉਣ ਲੱਗ ਪਈ, ਜਿਹਦੇ ਨਾਲ ਫਿਲਮ ਇੰਡਸਟਰੀ ਉੱਜੜ ਗਈ। ਇਹਨਾਂ ਵਰ੍ਹਿਆਂ ਵਿੱਚ ਕੁਝ ਨਵੇਂ ਲੋਕ ਇਸ ਪਾਸੇ ਆਏ, ਪਰ ਚੋਖੇ ਲੋਕ ਫਿਲਮ ਇੰਡਸਟਰੀ ਨੂੰ ਛੱਡ ਕੇ ਜਾਂ ਤੇ ਆਪਣੇ ਦੂਜੇ ਧੰਦਿਆਂ ਵਿੱਚ ਜੁੱਟ ਗਏ ਜਾਂ ਫਿਰ ਮੁਲਕ ਤੋਂ ਬਾਹਰ ਉਡਾਰੀ ਮਾਰ ਗਏ। ਇਸ ਵਰ੍ਹੇ ਪਸ਼ਤੋ ਦੀਆਂ 21 ਫਿਲਮਾਂ ਬਾਜ਼ਾਰ ਵਿੱਚ ਆਈਆਂ, ਜਿਨ੍ਹਾਂ ਵਿੱਚੋਂ 6 ਹਿੱਟ ਹੋਈਆਂ, 2 ਵਿਚਾਲੜਲੇ ਪੱਧਰ ਦੀਆਂ ਰਹੀਆਂ, ਜਦਕਿ 13 ਨੂੰ ਲੁਕਾਈ ਨੇ ਰੱਦ ਕਰ ਦਿੱਤਾ। ਇਸ ਵਰ੍ਹੇ ਸਿੰਧੀ ਜ਼ੁਬਾਨ ਵਿੱਚ ਇੱਕੋ ਇੱਕ ਫਿਲਮ ਬਣੀ ਜਿਹੜੀ ਫੇਲ ਹੋ ਗਈ। ਵਾਰਸ ਅਲੀ ਨਵਾਂ ਗਾਇਕ ਆਇਆ ਜਿਹਨੇ ਫਿਲਮ ਸੰਗਮ ਦੇ ਗੀਤ ਗਾਏ ਤੇ ਲੋਕਾਂ ਵਿੱਚ ਮਸ਼ਹੂਰ ਹੋਇਆ।